रणजीत रेडियो सुन वाले सारे श्रोतियां रणजीत कौर संधु सोनी दी प्यार भरी सत श्रीकाल नमस्कार आदाब दोस्तों हमेशा चढ़ती कला दे विच रहो ते खुश रहो। लो जी एक होर नवी शख्सियत दे नाल आपां जुड़े हां भाषा विभाग 6 सालों बाद उन्होंने इनाम जिहड़े आ ओह अवार्ड जिहड़े आ उन्हां दा ऐलान कीता है जिन्हां दे विचों असीं डॉक्टर हरजिंदर सिंह वालिया जी दे इंटरव्यू कर चुके हैं। अगली जिहड़ी इंटरव्यू करन जा रहे हैं कुलदीप सिंह बेदी जी करन जा रहे हैं जो कि पत्रकारी दे नाल बहुत लंबे अरसे तो जुड़े हुए ने जगबाणी संपादक रहे ने बहुत सारियां किताबां लिखियां। सब तो पहला उन्हां दा बहुत बहुत स्वागत करते हैं और उन्होंने बहुत बहुत मुबारक दिंदे हैं जी इस अवार्ड लई। बहुत बहुत स्वागत सर। मेहरबानी रणजीत जी तुहाडा बहुत धन्नवाद भी तुसी इस मौके मैनूं याद कीता। सर एक चीज तो सीखण नूं मिलदी है अज दी जनरेशन नूं जी ओ ए कि सबर ते संतोख दा फल मिठा हुंदा है सबरी और इन्ना सबर रखण वाली ये पुरानी जनरेशन ही सी अजकल दी जनरेशन किते ना किते इस चीज दी कमी है। पहला तो आपां इस गल ते आ जांदे आ इहदे बारे तुसी की कहना चाहुंदे हो। मैं ते ये कहना कहना चाहना भी जेड़ा बंदा काम करता है ना वो पहली गल ते अभी दो तरह दी गल्लां हुंदियां ने जदों तुसी अपने कैरियर नूं चुनदे हो। पहली गल ते ये हुंदी है भी वो जेड़ा तुसी कैरियर चुनिया ਉਹਦਾ ਤੁਹਾਡੇ ਆਪਣੀ ਜ਼ਿੰਦਗੀ ਨਾਲ ਕਿੰਨਾ ਕੁ ਮੇਲ ਬਣਦਾ ਜਾਂ ਕਿੰਨਾ ਕੁ ਉਹ ਤੁਹਾਡੇ ਸੁਭਾਅ ਦੇ ਅਨੁਕੂਲ ਹੈ। ਕਿਉਂਕਿ ਸ਼ੁਰੂ ਸ਼ੁਰੂ ਦੇ ਵਿੱਚ ਮੈਂ ਕਿਉਂਕਿ ਲਿਖਣ ਵਾਲੇ ਪਾਸੇ ਮੇਰਾ ਰੁਝਾਨ ਸੀਗਾ ਤੇ ਮੈਨੂੰ ਲੱਗਦਾ ਸੀਗਾ ਵੀ ਅਖਬਾਰ ਵਿੱਚ ਨੌਕਰੀ ਕਰਨ ਨਾਲ ਮੇਰਾ ਜਿਹੜਾ ਮੇਰੀ ਜਿਹੜੀ ਇਹ ਦਿਲਚਸਪੀ ਆ ਮੇਰਾ ਜਿਹੜਾ ਇਹ ਸ਼ੌਕ ਹੈ ਇਹ ਵੀ ਨਾਲ ਨਾਲ ਹੀ ਚੱਲਦਾ ਰਹੇਗਾ ਔਰ ਨਾਲ ਨਾਲ ਅਖਬਾਰ ਦੀ ਨੌਕਰੀ ਚੱਲਦੀ ਰਹੇਗੀ। ਮੈਨੂੰ ਇਸ ਲਈ ਇਹ ਆਪਣੇ ਆਪਣਾ ਕੈਰੀਅਰ ਜਿਹੜਾ ਸੀਗਾ ਮੈਨੂੰ ਇਹ ਚੰਗਾ ਲੱਗਿਆ। ਦੂਜੀ ਗੱਲ ਇਹ ਆ ਤੁਸੀਂ ਸਬਰ ਸੰਤੋਖ ਦੀ ਗੱਲ ਕੀਤੀ ਆ ਮਤਲਬ ਇਹ ਸ਼੍ਰੋਮਣੀ ਪੱਤਰਕਾਰ ਦਾ ਅਵਾਰਡ ਜਿਹੜਾ ਹੈ ਨਾ ਇਹ ਕੋਈ ਏਡੀ ਵੱਡੀ ਮੈਂ ਸਮਝਦਾ ਕੋਈ ਏਡੀ ਵੱਡੀ ਗੱਲ ਨਹੀਂ ਨਹੀਂ ਤੇ ਹਰ ਨਹੀਂ ਤਾਂ ਇਹ ਜਿਹੜਾ ਅਵਾਰਡ ਨਾ ਹਰੇਕ ਨੂੰ ਤਾਂ ਵੈਸੇ ਨਹੀਂ ਮਿਲਦਾ ਔਰ ਇਹ ਜ਼ਰੂਰੀ ਨਹੀਂ ਵੀ ਉਹ ਮਤਲਬ ਹਰ ਬੰਦਾ ਜਿਹੜਾ ਇਸ ਅਵਾਰਡ ਦੀ ਇੰਤਜ਼ਾਰ ਕਰ ਰਿਹਾ। ਮੈਂ ਵੀ ਚਲੋ ਜਦੋਂ ਸਾਰਿਆਂ ਲੋਕਾਂ ਨੂੰ ਮਿਲ ਰਿਹਾ ਸਨ ਖਾਸ ਤੌਰ ਦੇ ਉੱਤੇ ਜਦੋਂ ਮੇਰੇ ਜੂਨੀਅਰ ਬੰਦਿਆਂ ਨੂੰ ਮਿਲ ਰਿਹਾ ਸਨ ਤਾਂ ਮੈਨੂੰ ਲੱਗਦਾ ਸੀਗਾ ਵੀ ਮੈਨੂੰ ਮੈਨੂੰ ਵਿੱਚੋਂ ਛੱਡ ਦਿੱਤਾ ਗਿਆ ਤੇ ਸ਼ਾਇਦ ਮੈਨੂੰ ਹੁਣ ਨਾ ਹੀ ਮਿਲੇ ਕਦੀ ਵੀ। ਪਰ ਐਤਕੀ ਕਿਉਂਕਿ 6 ਸਾਲ ਦੇ ਜਿਹੜੇ ਅਵਾਰਡ ਇਕੱਠੇ ਹੋਏ ਪਏ ਸਨ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਇਹਨਾਂ ਕੋਲ ਸਾਹਿਤ ਦੇ ਕੰਮ ਲਈ ਸੱਭਿਆਚਾਰ ਦੇ ਕੰਮ ਲਈ ਇਹਨਾਂ ਕੋਲ ਹਮੇਸ਼ਾ ਹੀ ਫੰਡਾਂ ਦੀ ਜਿਹੜੀ ਹੈ ਨਾ ਉਹ ਤੋਟ ਰਹੀ ਹੈ। ਮਤਲਬ ਇਹ ਵੀ ਸਾਰੇ ਪਾਸੇ ਭੁਗਤਾ ਕੇ ਤੇ ਫਿਰ ਜੇ ਪੈਸਾ ਬਚ ਗਿਆ ਤੇ ਫਿਰ ਆਪਾਂ ਚਲੋ ਭਾਸ਼ਾ ਵਿਭਾਗ ਨੂੰ ਵੀ ਦੇ ਦਿੰਦੇ ਹਾਂ ਵੀ ਆਪਣਾ ਕੰਮ ਚਲਾਉਂਦਾ ਰਹੇ। ਪਰ ਜੋ ਪਿਛਲੇ 5-6 ਸਾਲਾਂ ਚ 7 ਸਾਲਾਂ ਚ ਭਾਸ਼ਾ ਵਿਭਾਗ ਦੀ ਦੁਰਦਸ਼ਾ ਰਹੀ ਹੈ ਵੀ ਉਹਨਾਂ ਕੋਲ ਆਪਣੀ ਆਪਣੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਦਾ ਪ੍ਰਬੰਧ ਕਰਨਾ ਹੋਰ ਕਰਨਾ ਉਹ ਵੀ ਸਰਕਾਰ ਕੋਲੋਂ ਵਾਰ ਵਾਰ ਪੈਸੇ ਉਹਨਾਂ ਨੂੰ ਮੰਗਣੇ ਪੈਂਦੇ ਸਨ। ਲੇਕਿਨ ਹੁਣ 6 ਸਾਲ ਦੇ ਅਵਾਰਡ ਜਿਹੜੇ ਨੇ ਸਰਕਾਰ ਨੇ ਇਸ ਕਰਕੇ ਰੋਕੀ ਰੱਖੇ ਕਿ ਉਹਨਾਂ ਕੋਲ ਇਹਨਾਂ ਨੂੰ ਅਵਾਰਡ ਦੇਣ ਜੋਗੇ ਪੈਸੇ ਨਹੀਂ ਸੀਗੇ ਜੀ। ਹੁਣ ਮੈਨੂੰ ਲੱਗਦਾ ਵੀ ਇਹਨਾਂ ਕੋਲ ਇਹਨਾਂ ਨੇ ਕੋਈ ਫੰਡ ਇਹਨਾਂ ਕੋਲ ਆ ਗਏ ਨੇ ਔਰ ਇਹਨਾਂ ਨੇ 6 ਸਾਲ ਦੇ ਅਵਾਰਡ ਹੁਣ ਅਨਾਊਂਸ ਕੀਤੇ ਨੇ ਜੀ। ਤੇ ਮੈਨੂੰ ਲੱਗਦਾ ਸੀ ਇਹ ਅਨਾਊਂਸ ਹੋਣ ਤੋਂ ਪਹਿਲਾਂ ਵੀ ਇਹਨਾਂ 6 ਸਾਲਾਂ ਵਿੱਚ ਜੇ ਮੇਰੀ ਵਾਰੀ ਆਉਣੀ ਹੋਈ ਤਾਂ ਆ ਜਾਣੀ ਆ ਨਹੀਂ ਤਾਂ ਇਸ ਤੋਂ ਬਾਅਦ ਤੇ ਆਪਾਂ ਆਸ ਨਹੀਂ ਰੱਖਦੇ। ਠੀਕ ਨੇ ਸੋ ਇਹ ਹੋਇਆ ਰਣਜੀਤ ਵੀ ਜਿਹੜਾ 2015 ਵਾਲਾ ਅਵਾਰਡ ਜਿਹੜਾ ਕਿ ਜਿੱਥੋਂ ਇਹ ਬੰਦ ਹੋਏ ਸੀਗੇ 2015 ਵਾਲਾ ਅਵਾਰਡ ਹੀ ਮੈਨੂੰ ਉਹਨਾਂ ਨੇ ਸ਼੍ਰੋਮਣੀ ਪੱਤਰਕਾਰ ਦਾ ਦਿੱਤਾ ਹੈ। ਅੱਛਾ ਜੀ ਬਹੁਤ ਚੰਗੀ ਗੱਲ ਹੈ ਇਹ। ਅੱਛਾ ਸਰ ਜਿਹੜੀ ਸਾਹਿਤਕ ਸੂਝ ਹੁੰਦੀ ਆ ਜਿਹੜਾ ਕਿ ਕਵੀ ਦਾ ਮਨ ਹੁੰਦਾ ਹੈ ਬੜਾ ਸੈਂਸਿਟਿਵ ਹੁੰਦਾ ਹੈ ਉਹ ਹਰ ਕਿਸੇ ਦੇ ਦਰਦਾਂ ਨੂੰ ਲਿਖਦਾ ਹੈ ਤੇ ਜਦੋਂ ਆਪਾਂ ਛੋਟੇ ਜਿਹੇ ਹੁੰਦੇ ਹਾਂ ਬਚਪਨ ਹੁੰਦਾ ਆਪਣਾ ਆਪਾਂ ਨੂੰ ਖੁਦ ਨਹੀਂ ਪਤਾ ਹੁੰਦਾ ਆਪਣੇ ਬਾਰੇ ਵੀ ਅਸੀਂ ਹੈ ਕੀ ਚੀਜ਼ ਸਾਨੂੰ ਪਤਾ ਵੀ ਸਾਡੇ ਦੇ ਅੰਦਰ ਕਿੱਦਾਂ ਦੀ ਪਰਸਨੈਲਿਟੀ ਜਿਹੜੀ ਆ ਗਰੂਮ ਹੋ ਰਹੀ ਹੈ ਸਾਨੂੰ ਖੁਦ ਨਹੀਂ ਪਤਾ ਹੁੰਦਾ। ਤੁਹਾਨੂੰ ਪਹਿਲੀ ਵਾਰੀ ਇਸ ਚੀਜ਼ ਦਾ ਆਭਾਸ ਕਦੋਂ ਹੋਇਆ ਕਦੋਂ ਪਤਾ ਲੱਗਾ ਵੀ ਹਾਂ ਮੇਰੇ ਅੰਦਰ ਇੱਕ ਪੱਤਰਕਾਰ ਇੱਕ ਕਵੀ ਇੱਕ ਆਪਣਾ ਵਾਰਤਕ ਤੁਸੀਂ ਬੜੀ ਅੱਛੀ ਲਿਖਦੇ ਹੋ ਲੇਖਕ ਬੈਠਾ ਤੁਹਾਨੂੰ ਕਦੋਂ ਪਤਾ ਚੱਲਿਆ? ਦੇਖੋ ਮੈਨੂੰ ਇਹ ਲੱਗਦਾ ਹੁੰਦਾ ਵੀ ਪਹਿਲੀ ਗੱਲ ਤੇ ਮੈਂ ਸੋਚ ਕੇ ਚੱਲਦਾ ਵੀ ਜਿਹੜਾ ਬੰਦਾ ਥੋੜਾ ਜਿਹਾ ਸ਼ਾਈ ਹੁੰਦਾ ਸ਼ਰਮਾਕਲ ਟਾਈਪ ਹੁੰਦਾ ਜਾਂ ਤੁਸੀਂ ਇਹ ਕਹਿ ਜਾਓ ਵੀ ਇੰਟਰੋਵਰਟ ਹੁੰਦਾ ਉਹ ਬਹੁਤਾ ਓਪਨ ਨਹੀਂ ਹੁੰਦਾ ਕਿਸੇ ਨਾਲ ਜੀ ਇਹੋ ਜਿਹੇ ਬੰਦੇ ਅਕਸਰ ਜਿਹੜੇ ਆ ਨਾ ਉਹ ਫਿਰ ਆਪਣਾ ਗੁਬਾਰ ਕੱਢਣ ਲਈ ਆਪਣੀ ਗੱਲ ਕਹਿਣ ਲਈ ਉਹ ਫਿਰ ਕਲਮ ਦਾ ਸਹਾਰਾ ਲੈਂਦੇ ਆ।
ਮੈਂ ਇਸੇ ਕਰਕੇ ਕਹਿੰਦਾ ਹੁੰਦਾ ਵੀ ਸਾਹਿਤਕਾਰ ਜਿਹੜਾ ਇਹ ਸਭ ਨਾਲੋਂ ਵੱਧ ਕਮਜ਼ੋਰ ਹੁੰਦਾ ਸਮਾਜ ਦੇ ਵਿੱਚ, ਜਿਹੜਾ ਕਿ ਬੋਲ ਕੇ ਉੱਚੀ ਆਵਾਜ਼ ਦੇ ਵਿੱਚ ਗੱਲ ਨਹੀਂ ਕਹਿ ਸਕਦਾ, ਲੇਕਿਨ ਉਹ ਆਪਣੀ ਕਲਮ ਦੇ ਨਾਲ, ਆਪਣੀ ਖਾਮੋਸ਼ੀ ਦੇ ਨਾਲ ਉਹ ਲਿਖਦਾ ਆ, ਉਹ ਕਵਿਤਾ ਲਿਖਦਾ ਆ, ਉਹ ਨਾਵਲ ਲਿਖਦਾ ਆ, ਉਹ ਕਹਾਣੀਆਂ ਲਿਖਦਾ ਆ, ਉਹ ਲੇਖ ਲਿਖਦਾ ਆ, ਉਹ ਕਹਿੰਦਾ ਵੀ ਮੈਂ ਆਪਣੀ ਆਵਾਜ਼ ਜਿਹੜੀ ਆ ਇਸ ਢੰਗ ਨਾਲ ਹੀ ਪਹੁੰਚਾਵਾਂਗਾ। ਸੋ ਮੈਨੂੰ ਲੱਗਦਾ ਹੈ ਵੀ ਮੈਂ ਬਚਪਨ ਦੇ ਵਿੱਚ, ਅਸਲ ਦੇ ਵਿੱਚ ਮੇਰੀ ਜਿਹੜੀ ਜ਼ਿੰਦਗੀ ਰਹੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਇਹੋ ਜਿਹੀਆਂ ਰਹੀਆਂ ਨੇ ਜਿਹੜੀਆਂ ਕਿ ਮੈਨੂੰ ਬਹੁਤੀਆਂ ਸੁਖਾਵੀਆਂ ਨਹੀਂ ਸੀਗੀਆਂ। ਲੇਕਿਨ ਇਸ ਦੇ ਬਾਵਜੂਦ ਜਦੋਂ ਮੈਂ 7ਵੀਂ 8ਵੀਂ ਚ ਪੜ੍ਹਦਾ ਸੀਗਾ ਤਾਂ ਮੈਨੂੰ ਉੱਥੇ ਸਾਡੇ ਪੰਜਾਬੀ ਵਾਲੇ ਟੀਚਰ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਤੂੰ, ਅਸੀਂ ਇੱਥੇ ਸਲਾਨਾ ਫੰਕਸ਼ਨ ਹੋ ਰਿਹਾ ਸਕੂਲ ਦੇ ਵਿੱਚ ਤੇ ਨਾਟਕ ਖੇਡ ਰਹੇ ਹਾਂ ਤੇ ਤੂੰ ਨਾਟਕ ਚ ਕੰਮ ਕਰੇਗਾ। ਮੈਂ ਕਿਹਾ ਜੀ ਮੈਂ ਜ਼ਰੂਰ ਕਰੂੰਗਾ। ਤੇ ਮੈਨੂੰ ਸਗੋਂ ਬੜੀ ਖੁਸ਼ੀ ਹੋਈ ਵੀ ਜਿੱਦਾਂ ਮੈਂ ਬੜੀ ਦੇਰ ਤੋਂ ਚਾਹੁੰਦਾ ਸੀ ਵੀ ਮੈਂ ਕੰਮ ਕਰਾਂ ਨਾਟਕ ਦੇ ਵਿੱਚ, ਪਰ ਨਾਲ ਹੀ ਮੈਨੂੰ ਉਹਨਾਂ ਨੇ ਇੱਕ ਹੋਰ ਗੱਲ ਦੱਸੀ ਵੀ ਤੇਰੇ ਨਾ ਉਹ ਜਿਹੜਾ ਨਾਟਕ ਦੇ ਵਿੱਚ ਰੋਲ ਆ ਨਾ ਉਹ ਇੱਕ ਲੜਕੀ ਦਾ ਹੈ, ਅੱਛਾ ਜੀ ਲੜਕੀ ਦਾ ਹੈ ਤੇ ਤੇਰੇ ਜਿਹੜੇ ਵਾਲ ਆ ਉਹ, ਤੇਰਾ ਜੂੜਾ ਐਡਾ ਵੱਡਾ ਹੁੰਦਾ ਹੈ, ਤੇਰੇ ਵਾਲ ਬੜੇ ਖੂਬਸੂਰਤ ਹੋਣਗੇ ਤੇ ਤੈਨੂੰ ਲੜਕੀ ਦਾ ਰੋਲ ਕਰਨਾ ਪਊਗਾ। ਜੀ ਮੈਂ ਕਿਹਾ ਜੀ ਕੋਈ ਇਹੋ ਜਿਹੀ ਗੱਲ ਨਹੀਂ, ਮੈਂ ਲੜਕੀ ਦਾ ਰੋਲ ਵੀ ਕਰ ਲਵਾਂਗਾ, ਤੁਸੀਂ ਮੈਨੂੰ ਮੌਕਾ ਦੇਣ ਲੱਗੇ ਹੋ ਇਹ ਬਹੁਤ ਵੱਡੀ ਗੱਲ। ਜੀ ਸੋ ਮੈਂ ਜਦੋਂ ਰੋਲ ਕੀਤਾ ਤੇ ਮੈਨੂੰ ਲੱਗਿਆ ਵੀ ਮੈਂ ਹੁਣ ਨਾ ਸੂਖਮ ਕਲਾਵਾਂ ਨਾਲ ਮੇਰਾ ਜੋੜ ਹੋਣਾ ਸ਼ੁਰੂ ਹੋ ਗਿਆ। ਕੀ ਬਾਤ, ਉਹਦੇ ਨਾਲ ਹੀ ਫਿਰ ਮੇਰੇ ਮਨ ਅੰਦਰੋਂ ਐ ਵੀ ਕਵਿਤਾ ਜੀ ਬਣਨ ਲੱਗ ਪਈ, ਜਾਂ ਦੋ ਚਾਰ ਲਾਈਨਾਂ ਲਿਖ ਦੇਣੀਆਂ ਜਾਂ ਬੋਲ ਦੇਣੀਆਂ, ਤੇ ਇਸ ਤਰ੍ਹਾਂ ਮੇਰੀ ਜਿਹੜੀ ਸੀਗੀ ਉਹ ਸਮਝ ਲਓ ਵੀ ਸ਼ੁਰੂਆਤ ਹੋਈ। ਲੇਕਿਨ ਮੈਂ ਕਹਾਣੀ ਬਹੁਤ ਦੇਰ ਬਾਅਦ ਜਾ ਕੇ ਲਿਖੀ ਫਿਰ ਉਸ ਤੋਂ ਬਾਅਦ। ਤੁਹਾਨੂੰ ਆਪਣੀਆਂ ਸਾਰੀਆਂ ਲਿਖੀਆਂ ਹੋਈਆਂ ਕਹਾਣੀਆਂ ਚੋਂ ਸਭ ਤੋਂ ਵੱਧ ਚੰਗੀ ਕਿਹੜੀ ਲੱਗਦੀ ਹੈ, ਔਰ ਕਿਸੇ ਹੋਰ ਲੇਖਕ ਦੀ ਕਿਹੜੀ ਕਹਾਣੀ ਨੇ ਪ੍ਰਭਾਵਿਤ ਕੀਤਾ ਤੁਹਾਨੂੰ? ਮੈਨੂੰ ਅਸਲ ਦੇ ਵਿੱਚ, ਮੈਂ ਜਦੋਂ ਕ ਹੋਸ਼ ਸੰਭਾਲੀ ਹੈ, ਬੰਦਾ ਜਿਹੜਾ ਬੱਚਾ ਹੈ ਨਾ ਹੋਸ਼ ਸੰਭਾਲਦਾ ਉਹ ਆਪਣੇ 9ਵੀਂ 10ਵੀਂ ਦੇ ਵਿੱਚ ਆ ਕੇ ਬਹੁਤੀ, ਜੀ ਜਦੋਂ ਮੈਂ ਹੋਸ਼ ਸੰਭਾਲੀ ਹੈ ਤੇ ਮੇਰੇ ਘਰ ਦੇ ਵਿੱਚ ਪ੍ਰੀਤ ਲੜੀ ਔਰ ਇੱਕ ਮੈਗਜ਼ੀਨ ਹੁੰਦਾ ਸੀ ਕਵਿਤਾ, ਜੀ ਇਹ ਦੋ ਮੈਗਜ਼ੀਨ ਜਿਹੜੇ ਸੀਗੇ ਇਹ ਮੇਰੇ ਜਿਹੜੇ ਪਿਤਾ ਜੀ ਸੀਗੇ ਰੇਲਵੇ ਚ ਸਨ, ਉਹ ਉਹਨਾਂ ਨੂੰ ਪੜ੍ਹਨ ਦਾ ਸ਼ੌਕ ਹੁੰਦਾ ਸੀਗਾ, ਉਹ ਲੈ ਕੇ ਆਉਂਦੇ ਹੁੰਦੇ ਸੀ ਘਰ। ਜੀ ਤੇ ਪ੍ਰੀਤ ਲੜੀ ਦੇ ਵਿੱਚ ਇੱਕ ਸਾਡੇ ਬੜੇ ਇੱਧਰ ਮੋਗੇ ਵਾਲੇ ਪਾਸੇ ਦੇ ਇੱਕ ਕਹਾਣੀਕਾਰ ਹੋਏ ਨੇ ਅਜੀਤ ਸਿੰਘ ਪੱਤੋ, ਉਹਨਾਂ ਦੀਆਂ ਕਹਾਣੀਆਂ ਛਪਦੀਆਂ ਹੁੰਦੀਆਂ ਸੀ ਤੇ ਮੈਂ ਉਹਨਾਂ ਦੀ ਕਹਾਣੀਆਂ ਤੋਂ ਬੜਾ ਪ੍ਰਭਾਵਿਤ ਹੋਇਆ, ਮੈਂ ਕਿਹਾ ਬਹੁਤ ਅੱਛੀ ਕਹਾਣੀ ਲਿਖਦੇ ਆ। ਤੇ ਫਿਰ ਉਹਨਾਂ ਤੋਂ ਹੀ ਪ੍ਰਭਾਵਿਤ ਹੋ ਕੇ ਮੈਂ ਇੱਕ ਵਾਰੀ ਜਦੋਂ ਪਿੰਡ ਗਿਆ ਆਪਣੇ ਤੇ ਸਾਡੇ ਤਾਏ ਦੇ ਮੁੰਡੇ ਦਾ ਵਿਆਹ ਸੀਗਾ, ਉੱਥੇ ਇੱਕ ਘਰਾਂ ਦੇ ਵਿੱਚੋਂ ਲਾਗਿਓਂ ਇੱਕ ਕੁੜੀ, ਮਤਲਬ ਜਿਹੜੀ ਨਵੀਂ ਨਵੀਂ ਉਦੋਂ ਅਜੇ ਵਿਆਹ ਹੋਇਆ ਸੀ ਉਹਦਾ, ਤੇ ਥੋੜੀ ਦੇਰ ਬਾਅਦ ਹੀ ਉਹਦਾ ਘਰ ਵਾਲਾ ਫੌਜ ਦੇ ਵਿੱਚ ਮਾਰਿਆ ਗਿਆ ਸੀਗਾ, ਔਰ ਓਕੇ ਉੱਥੇ ਆਪਣੇ ਪੇਕੀ ਆ ਕੇ ਬੈਠੀ ਹੋਈ ਸੀਗੀ। ਜੇਕਰ ਵਿਆਹ ਵਿੱਚ ਆਈ ਤੇ ਉਹਨੇ ਕੋਈ ਆਪਣੀ ਵਿਥਿਆ ਜੀ ਸਾਂਝੀ ਕੀਤੀ। ਅੱਛਾ, ਉਹ ਸਭ ਤੋਂ ਪਹਿਲੀ ਕਹਾਣੀ ਮੇਰੀ ਜਿਹੜੀ ਸੀਗੀ, ਫਿਰ ਮੈਂ ਉਸ ਤੋਂ ਬਾਅਦ ਉਹ ਕਹਾਣੀ ਲਿਖੀ ਜੀ ਜਿਹੜੀ ਕਿ ਕਿਤੇ ਪਰਚਾ ਨਿਕਲ ਜਲੰਧਰ ਦੇ ਵਿੱਚ ਉਦੋਂ ਨਿਕਲਦਾ ਹੁੰਦਾ ਸੀ ਹਾਣੀ, 15 ਦਿਨ ਬਾਅਦ ਜਾਂ ਹਫ਼ਤੇ ਬਾਅਦ ਸ਼ਾਇਦ ਛਪਦਾ ਸੀਗਾ, ਜੀ ਉਹ ਹਾਣੀ ਦੇ ਵਿੱਚ ਮੇਰੀ ਪਹਿਲੀ ਕਹਾਣੀ ਛਪੀ ਸੀਗੀ, ਤੇ ਇਸ ਤੋਂ ਬਾਅਦ ਫਿਰ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ। ਜੀ ਬਹੁਤ ਅੱਛੇ। ਬਾਕੀ ਪਹਿਲੀ ਕਹਾਣੀ ਜਾਂ ਕੋਈ ਲੇਖ ਜਦੋਂ ਛਪਦਾ ਉਹਦਾ ਨਸ਼ਾ ਕੀ ਹੁੰਦਾ ਹੈ, ਮੈਂ ਵੀ ਹੰਡਾਇਆ ਹੋਇਆ। ਖੈਰ, ਔਰ ਤੁਸੀਂ ਇਹ ਖੁਸ਼ੀ ਦਿੱਤੀ ਸੀ ਮੈਨੂੰ, ਕੱਲ ਫਿਰ ਕਦੀ ਸਾਂਝੀ ਕਰਾਂਗੇ। ਅੱਛਾ ਸਰ, ਜਦੋਂ ਇੱਕ ਲੇਖਕ ਲਿਖਦਾ ਹੈ ਤਾਂ ਉਹ ਜੀ ਸਮਾਜ ਦੇ ਬਾਰੇ ਚ ਲਿਖਦਾ, ਸ਼ੀਸ਼ਾ ਹੁੰਦਾ, ਉਹਦੀਆਂ ਰਚਨਾਵਾਂ ਸ਼ੀਸ਼ਾ ਹੁੰਦੀਆਂ, ਸਮਾਜ ਦਿਖਾਉਂਦੀਆਂ ਉਹਨੂੰ, ਜੀ ਤੇ ਲੇਖਕ ਦੇ ਮਨ ਚ ਇਹ ਨਹੀਂ ਹੁੰਦਾ ਵੀ ਇਹ ਅਮੀਰੀ ਬਾਰੇ ਲਿਖ ਰਿਹਾ, ਗਰੀਬੀ ਬਾਰੇ ਲਿਖ ਰਿਹਾ, ਉਹ ਮਨ ਦੇ ਜਿਹੜੇ ਭਾਵ ਹੁੰਦੇ ਨਾ ਅੰਦਰ, ਉਹਨਾਂ ਬਾਰੇ। ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਾਹਿਤ ਦੇ ਵਿੱਚ ਜੋ ਲਿਖਿਆ ਗਿਆ, ਬਹੁਤ ਕੁਛ ਸਮਾਜਿਕ ਬੁਰਾਈਆਂ ਦੇ ਬਾਰੇ ਚ ਲਿਖਿਆ ਗਿਆ, ਬਹੁਤ ਕੁਛ ਬਦਲਾਵਾਂ ਦੇ ਬਾਰੇ ਚ ਵਿੱਚ ਲਿਖਿਆ ਗਿਆ, ਔਰਤ ਤੇ ਮਰਦ ਦੇ ਰਿਸ਼ਤੇ ਨੂੰ ਲੈ ਕੇ ਬੜਾ ਕੁਛ ਲਿਖਿਆ ਗਿਆ, ਉਹਦੇ ਨਾਲ ਕਾਫੀ ਸੁਧਾਰ ਵੀ ਆਇਆ, ਕਾਫੀ ਨਿਖਾਰ ਵੀ ਆਇਆ, ਦੋਨੇ ਚੀਜ਼ਾਂ ਨਾਲ ਨਾਲ ਚੱਲਦੀਆਂ। ਤੁਹਾਨੂੰ ਕੀ ਲੱਗਦਾ ਕਿ ਸਾਹਿਤ ਕਿੱਥੇ ਖੜ ਰਿਹਾ, ਸਮਾਜ ਨੂੰ ਸਿਰਜਣ ਦੇ ਵਿੱਚ ਸਾਹਿਤ ਦਾ ਕੀ ਰੋਲ ਹੈ?
ਤੁਹਾਨੂੰ ਮੈਂ ਜਿਵੇਂ ਪਹਿਲਾਂ ਗੱਲ ਆਖੀ ਹੈ ਨਾ ਵੀ ਲੇਖਕ ਜਿਹੜਾ ਆ ਉਹ ਕਿਹੋ ਜਿਹੀ ਮਨੋਦਸ਼ਾ ਦਾ ਮਾਲਕ ਹੁੰਦਾ, ਉਹਦੇ ਵਰਗੀ ਹੀ ਗੱਲ ਇਹ ਆ ਵੀ ਸਾਹਿਤ ਦਾ ਰੋਲ ਸਮਾਜ ਦੀਆਂ ਗੱਲਾਂ ਕਰਨਾ ਜਾਂ ਸਮਾਜ ਦੀਆਂ ਬੁਰਾਈਆਂ ਨੂੰ ਸਾਹਮਣੇ ਲੈ ਕੇ ਆਉਣਾ ਜਾਂ ਉਹਦੇ ਲਈ ਕੋਈ ਹੱਲ ਪੇਸ਼ ਕਰਨਾ, ਇਹ ਗੱਲਾਂ ਤਾਂ ਸਾਹਿਤ ਦੇ ਵਿੱਚ ਮਿਲਦੀਆਂ ਨੇ, ਪਰ ਜੀ ਸਾਹਿਤ ਦਾ ਕੋਈ ਬਹੁਤਾ ਉੱਚਾ ਰੋਲ ਨਹੀਂ ਜਾਂ ਬਹੁਤਾ ਰੌਲਾ ਪਾਉਣ ਵਾਲਾ ਰੋਲ ਨਹੀਂ ਹੈਗਾ ਮੇਰੇ ਹਿਸਾਬ ਨਾਲ। ਇਹ ਬੜਾ ਹੌਲੀ 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 ਲੋਕੀ ਜਦੋਂ ਸਾਹਿਤ ਨਾਲ ਜੁੜਦੇ ਨੇ, ਪੜ੍ਹਦੇ ਨੇ, ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗਦਾ, ਫਿਰ ਅੰਦਰੋਂ ਅੰਦਰੀ ਉਹਨਾਂ ਦੇ ਕਿਤੇ ਅਹਿਸਾਸ ਹੁੰਦਾ ਵੀ ਵਾਕਿਆ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਵੀ ਇਹ ਜਿਹੜੀਆਂ ਗੱਲਾਂ ਲਿਖੀਆਂ ਨੇ ਇਹਨਾਂ ਨੇ ਠੀਕ ਲਿਖੀਆਂ ਨੇ। ਜੀ ਸਾਹਿਤ ਦਾ ਅਸਰ ਜਿਹੜਾ ਉਹ ਪਾਠਕ ਦੇ ਮਨ ਦੇ ਉੱਤੇ ਬਹੁਤ ਹੌਲੀ ਹੌਲੀ ਅਸਰ ਕਰਦਾ, ਔਰ ਕਰਦਾ ਜ਼ਰੂਰ ਆ ਮੇਰੇ ਹਿਸਾਬ ਦੇ ਨਾਲ, ਲੋਕਾਂ ਦੀਆਂ ਜਿਹੜੀਆਂ ਮਨੋਵਿਰਤੀਆਂ ਨੇ ਉਹਨਾਂ ਨੂੰ ਬਦਲਦਾ ਵੀ ਹੈ। ਬਹੁਤ ਸਾਰੀਆਂ ਕਿਤਾਬਾਂ ਨੇ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਰੈਵੋਲੂਸ਼ਨ ਵੀ ਲੈ ਕੇ ਆਉਂਦੇ ਨੇ, ਇਹੋ ਜਿਹੀ ਗੱਲ ਨਹੀਂ ਹੈਗੀ, ਜੀ ਲੇਕਿਨ ਲੇਕਿਨ ਉਹਨਾਂ ਦਾ ਜਿਹੜਾ ਅਸਰ ਹੈ ਉਹ ਅਸਰ ਜਿਹੜਾ ਹੈ ਉਹ ਤੁਰੰਤ ਪ੍ਰਭਾਵੀ ਨਹੀਂ ਹੁੰਦਾ, ਉਹਨੂੰ ਉਹ ਹੌਲੀ ਹੌਲੀ ਪਾਠਕ ਜਿਹੜੇ ਨੇ ਉਹ ਉੱਥੋਂ ਗ੍ਰਹਿਣ ਕਰਦੇ ਨੇ ਤੇ ਫਿਰ ਉਹ ਆਪਣੀ ਗੱਲ ਕਰਦੇ ਨੇ। ਮੈਂ ਪਿੱਛੇ ਜੇ ਇੱਕ ਪੁਸਤਕ ਮੇਰੀ ਇੱਕ ਆਈ ਸੀਗੀ ਵਾਰਤਕ ਦੀ, ਪ੍ਰਸ਼ੰਸਾ ਦੇ ਦੋ ਬੋਲ, ਜੀ ਉਹ ਪ੍ਰਸ਼ੰਸਾ ਦੇ ਦੋ ਬੋਲ ਅਸਲ ਦੇ ਵਿੱਚ ਮੈਂ ਜਦੋਂ ਮੈਂ ਬਾਹਰਲੇ ਦੇਸ਼ਾਂ 'ਚ ਟਰੈਵਲ ਕੀਤਾ ਤੇ ਮੈਨੂੰ ਲੱਗਿਆ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਉਹਨਾਂ ਲੋਕਾਂ ਦੇ ਘਰਾਂ 'ਚ ਵੇਖੀਆਂ ਵੀ ਉਹ ਸਾਡੇ ਘਰਾਂ ਵਿੱਚੋਂ ਤੋਂ ਗਾਇਬ ਹੀ ਨੇ ਸਾਰੀਆਂ ਗੱਲਾਂ, ਜਿਹੜੀਆਂ ਕਿ ਬੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਔਰ ਜ਼ਿੰਦਗੀ ਨੂੰ ਸੁਚੱਜਾ ਬਣਾ ਸਕਦੀਆਂ ਨੇ। ਬਿਲਕੁਲ ਮਸਲਨ ਉਦਾਹਰਣ ਇਹ ਆ ਵੀ ਉਧਰਲੇ ਜਿਹੜੇ ਹਸਬੈਂਡ ਵਾਈਫ ਨੇ, ਪਤੀ ਪਤਨੀ ਨੇ, ਉਹ ਦੋਵੇਂ ਮਤਲਬ ਇੱਕ ਦੂਜੇ ਦੇ ਕੰਮ ਨੂੰ ਬਰਾਬਰ ਸਮਝਦੇ ਨੇ ਤੇ ਬਰਾਬਰੀ ਦੇ ਨਾਲ ਕਰਦੇ ਨੇ। ਬਿਲਕੁਲ ਜੇ ਜੇ ਔਰਤ ਕੰਮ ਤੇ ਗਈ ਹੋਈ ਤੇ ਬੰਦਾ ਜਿਹੜਾ ਹੈ ਨਾ ਉਹ ਰਸੋਈ ਦੇ ਵਿੱਚ ਵੜ ਜਾਂਦਾ ਤੇ ਉਹਦੇ ਆਉਣ ਤੱਕ ਆਪਣਾ ਖਾਣਾ ਖੁਣਾ ਵੀ ਸਾਰਾ ਤਿਆਰ ਕਰ ਦਿੰਦਾ। ਜੀ ਮੈਂ ਕਹਿੰਦਾ ਸੀਗਾ ਵੀ ਜੇ ਉੱਥੇ ਇਹ ਲੋਕ ਇਹ ਕੰਮ ਕਰਦੇ ਨੇ ਮਤਲਬ ਬਗੈਰ ਕਿਸੇ ਭਿੰਨ ਭੇਦ ਤੋਂ ਔਰਤ ਮਰਦ ਦੇ ਚੋਂ, ਵੀ ਔਰਤ ਦਾ ਕੰਮ ਆ ਜੀ, ਉਹਨੇ ਤੁਸੀਂ ਉਹਨੂੰ ਆਪਣੀ ਬੈਠਕ 'ਚ ਬੈਠੇ ਹੋਏ ਹੋ ਆਰਾਮ ਨਾਲ, ਲੇਕਿਨ ਤੁਹਾਨੂੰ ਉੱਥੇ ਹੀ ਦੁੱਧ ਚਾਹ ਪਾਣੀ ਉੱਥੇ ਬੈਠਿਆਂ ਨੂੰ ਚਾਹੀਦਾ ਵਾ ਜਾ। ਸੋ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਉਹਨਾਂ ਵਿੱਚ ਹੋਰ ਵੀ ਇਹੋ ਜਿਹੇ ਲੇਖ ਸੀ ਬਹੁਤ ਸਾਰੇ ਮੈਂ ਲਿਖੇ ਵੀ ਜਦੋਂ ਤੁਸੀਂ ਕਿਸੇ ਦੇ ਮਰੀਜ਼ ਨੂੰ ਕਿਸੇ ਨੂੰ ਉਹਦਾ ਹਾਲ ਚਾਲ ਪੁੱਛਣ ਜਾਂਦੇ ਹੋ, ਉਹਦੀ ਮਿਜ਼ਾਜ ਪੁੱਛੀ ਲਈ ਜਾਂਦੇ ਹੋ ਵੀ ਹਾਲ ਪਤਾ ਕਰਕੇ ਆਉਣਾ, ਤਾਂ ਤੁਹਾਨੂੰ ਕਿਹੋ ਜਿਹਾ ਐਟੀਚਿਊਡ ਜਿਹੜਾ ਤੁਹਾਡਾ ਹੋਣਾ ਚਾਹੀਦਾ ਉਸ ਮਰੀਜ਼ ਦੇ ਪ੍ਰਤੀ ਔਰ ਉਹਦੇ ਘਰਦਿਆਂ ਦੇ ਪ੍ਰਤੀ, ਤੁਸੀਂ ਕਿਹੋ ਜਿਹੀਆਂ ਗੱਲਾਂ ਜਾ ਕੇ ਤੁਹਾਨੂੰ ਕਰਨੀਆਂ ਚਾਹੀਦੀਆਂ ਨੇ। ਫਿਰ ਤੁਸੀਂ ਜਦ ਟਰੈਵਲ ਕਰ ਰਹੇ ਹੋ, ਯਾਤਰਾ ਕਰ ਰਹੇ ਹੋ ਟ੍ਰੇਨ ਦੇ ਵਿੱਚ, ਸਹਿ ਯਾਤਰੀਆਂ ਨਾਲ ਤੁਹਾਡਾ ਵਰਤਾਓ ਕਿਹੋ ਜਿਹਾ ਹੋਣਾ ਚਾਹੀਦਾ, ਇਹੋ ਜਿਹੇ ਆਰਟੀਕਲ ਮੈਂ ਫਿਰ ਉਹ ਲਿਖੇ, ਲੇਕਿਨ ਉਹ ਲੋਕਾਂ ਨੂੰ ਵੀ ਉਹ ਆਰਟੀਕਲ ਪਸੰਦ ਆਏ ਔਰ ਕਹਿੰਦੇ ਜੀ ਉਹ ਵਾਕਈ ਸਾਡੀ ਜ਼ਿੰਦਗੀ ਦਾ ਤੁਹਾਡਾ ਲਾਈਫ ਸਟਾਈਲ ਜਿਹੜਾ ਹੈ ਨਾ ਉਹਨੂੰ ਚੇਂਜ ਕਰਨ ਦੇ ਵਿੱਚ ਸਹਾਈ ਹੁੰਦੇ, ਉਹਨੂੰ ਬਦਲਣ 'ਚ ਸਹਾਈ ਹੁੰਦੇ ਨੇ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਸਾਹਿਤ ਜਿਹੜਾ ਹੈ ਨਾ ਇਹ ਕੰਮ ਕਰਦਾ, ਲੇਕਿਨ ਬਹੁਤ ਹੌਲੀ ਹੌਲੀ ਔਰ ਪ੍ਰਭਾਵ ਵੀ ਪਾਉਂਦਾ ਹੈ। ਜੀ ਮਤਲਬ ਮਨ ਨੂੰ ਸ਼ਿੰਗਾਰਦਾ ਹੈ, ਆਤਮਾ ਨੂੰ ਸ਼ੁੱਧ ਕਰਦਾ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਦੋਸਤੋ ਪੱਛਮੀ ਸਭਿਅਤਾ ਦੇ ਪਲੱਸ ਪੁਆਇੰਟ ਮੈਂ ਇਹ ਵੀ ਦੇਖਿਆ ਕਿ ਉੱਥੇ ਸਰ ਥੈਂਕਸ ਗਿਵਿੰਗ ਦਾ ਵੀ ਕੋਈ ਹੁੰਦਾ ਹੈ, ਸੈਲੀਬ੍ਰੇਟ ਕਰਦੇ ਆ ਜਿਸ ਦਿਨ ਥੈਂਕਸ ਗਿਵਿੰਗ ਦਾ ਫੰਕਸ਼ਨ ਸ਼ਾਇਦ ਕੈਨੇਡਾ ਦੇ ਵਿੱਚ ਹੁੰਦਾ ਹੈ। ਬਿਲਕੁਲ ਸਾਰੇ ਹੁੰਦਾ ਜੀ, ਤੁਸੀਂ ਦੇਖੋ ਥੈਂਕਸ ਤਾਂ ਅਸੀਂ ਆਪਣੇ ਜਿਹੜਾ ਸਾਡਾ ਸਭ ਤੋਂ ਕਰੀਬੀ ਵਿਅਕਤੀ ਹੈ ਨਾ ਅਸੀਂ ਉਹਦਾ ਸ਼ੁਕਰੀਆ ਨਹੀਂ ਕਰਦੇ, ਕਈ ਵਾਰੀ ਅਸੀਂ ਕਹਿੰਦੇ ਹਾਂ ਯਾਰ ਇਹਨੂੰ ਮੈਂ ਹੁਣ ਆਪਣੇ ਪੁੱਤਰ ਦਾ ਸ਼ੁਕਰੀਆ ਕਿਉਂ ਕਰਾਂ, ਮੈਂ ਆਪਣੇ ਪਿਓ ਦਾ ਸ਼ੁਕਰੀਆ ਕਿਉਂ ਕਰਾਂ, ਮੈਂ ਆਪਣੀ ਪਤਨੀ ਦਾ ਸ਼ੁਕਰੀਆ ਕਿਉਂ ਕਰਾਂ, ਮਤਲਬ ਅਸੀਂ ਇਹ ਅਸੀਂ ਇਸ ਝਿਜਕਦੇ ਰਹਿੰਦੇ ਹਾਂ ਵੀ ਨਹੀਂ ਸਾਨੂੰ ਨਹੀਂ ਕਰਨਾ ਚਾਹੀਦਾ। ਪਰ ਮੈਨੂੰ ਲੱਗਦਾ ਹੈ ਵੀ ਇਹ ਪ੍ਰਸ਼ੰਸਾ ਦੇ ਜਿਹੜੇ ਦੋ ਬੋਲ ਆ ਨਾ ਮੈਂ ਇਹੀ ਲਿਖਿਆ ਸੀਗਾ ਵੀ ਤੁਸੀਂ ਕਦੀ ਆਪਣੇ ਘਰ ਦੇ ਵਿੱਚ ਆਪਣੀ ਪਤਨੀ ਦੀ ਪ੍ਰਸ਼ੰਸਾ ਵੀ ਕਰੋ, ਆਪਣੇ ਆਪਣੀ ਬੱਚੀ ਦੀ ਵੀ ਕਰੋ, ਆਪਣੇ ਬੇਟੇ ਦੀ ਵੀ ਕਰੋ ਵੀ ਯਾਰ ਤੂੰ ਆਹ ਬਹੁਤ ਵਧੀਆ ਕੰਮ ਕੀਤਾ, ਜਾਂ ਆਪਣੀ ਪਤਨੀ ਨੂੰ ਕਹੋ ਵੀ ਆਹ ਸਬਜ਼ੀ ਜਿਹੜੀ ਆ ਬਹੁਤ ਸਵਾਦ ਬਣਾਈ ਅੱਜ। ਆਪਾਂ ਮਤਲਬ ਇਸ ਗੱਲ ਦੇ ਉੱਤੇ ਤਾਂ ਨੁਕਤਾਚੀਨੀ ਕਰ ਦਿੰਦੇ ਹਾਂ ਵੀ ਅੱਜ ਲੂਣ ਜ਼ਿਆਦਾ ਪੈ ਗਿਆ, ਅੱਜ ਮਿਰਚ ਜ਼ਿਆਦਾ ਪੈ ਗਈ, ਅੱਜ ਸਬਜ਼ੀ ਸਵਾਦ ਨਹੀਂ, ਅੱਜ ਸਬਜ਼ੀ ਗਲਤ ਬਣਾਈ ਆ, ਲੇਕਿਨ ਅਸੀਂ ਉਹ ਟਾਈਮ ਭੁੱਲ ਜਾਂਦੇ ਹਾਂ ਜਦੋਂ ਅਸੀਂ ਉਹਨਾਂ ਦੀ ਪ੍ਰਸ਼ੰਸਾ ਵੀ ਕਰਨੀ ਹੁੰਦੀ ਹੈ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਇਹ ਸਾਨੂੰ ਪੱਛਮ ਤੋਂ ਸਿੱਖਣੀਆਂ ਚਾਹੀਦੀਆਂ ਨੇ, ਜਿਹੜੇ ਬਾਰ 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 ਇਸ ਗੱਲ ਦੇ ਉੱਤੇ ਹਰ ਗੱਲ ਦੇ ਉੱਤੇ ਤੁਹਾਡਾ ਥੈਂਕ ਯੂ ਤੁਹਾਡਾ ਧੰਨਵਾਦ ਕਰਦੇ ਨੇ, ਔਰ ਸਭ ਤੋਂ ਵੱਡੀ ਗੱਲ ਇਹ ਵੀ ਉਹ ਹਰ ਬੰਦਾ ਤੁਹਾਡੇ ਵੱਲ ਉੱਧਰ ਮੁਸਕਰਾ ਕੇ ਵੇਖਦਾ, ਸਾਨੂੰ ਇੱਥੇ ਕਿਸੇ ਨੂੰ ਕਿਸੇ ਵੱਲ ਮੁਸਕਰਾ ਕੇ ਵੇਖ ਲਓ ਤੇ ਅਗਲੇ ਕਹਿੰਦੇ ਵੀ ਪਤਾ ਨੀ ਕੀ ਕਿਉਂ ਮੁਸਕਰਾ ਰਿਹਾ ਮੇਰੇ ਵੱਲ ਵੇਖ ਕੇ। ਸੋ ਇਹ ਥੋੜਾ ਜਿਹਾ ਸਾਨੂੰ ਸਮਝਣ ਦੀ ਲੋੜ ਹੈ।
जी बिल्कुल, गुरबाणी विच भी लिखिया, नानक फिक्का बोलिए तन मन फिक्का होए। बिल्कुल बिल्कुल और बिल्कुल गल इस तरह की बोल चाल ते ही तुसी देख लो, चाहे आपा हुण कि अपना विशा कुछ होर है, किसी विषय की आपा गल कर लिए, सारा बोल चाल ते आधारित है, सब कुछ बोल चाल दे उत्ते। बिल्कुल सर बिल्कुल जिहड़ी पाठक श्रेणी हुंदी है, पाठक श्रेणी ही तुहानूं उपर चकदी है, पाठक श्रेणी ही नीचे लै जांदी है। अपने जिहड़े हुण बार बार शायद श्रोतियां नूं लगेगा कि जनरेशन नूं हर वेले भंडदे रहिंदे आ, अपनी मौजूदा पीढ़ी आ जां जिहड़े साडे छोटे मेरे भैण वीरां पढ़दे पए ने स्कूलां दे विच, ਨਹੀਂ ਲੱਗਦਾ ਕਿ ਪਾਠਕ ਸ਼੍ਰੇਣੀ ਦੇਣ ਹੋਂਦ ਹੋ ਰਹੀ ਹੈ, ਚੰਗਾ ਸਾਹਿਤ ਪੜ੍ਹਨਾ ਜਿਹੜਾ ਉਹ ਆਦਤ ਵਿੱਚ ਸ਼ੁਮਾਰ ਨਹੀਂ ਹੋ ਰਿਹਾ? ਦੇਖੋ ਇਹ ਟਾਈਮ ਦੇ ਨਾਲ ਨਾ ਹਰ ਚੀਜ਼ ਜਿਹੜੀ ਹੈ ਨਾ ਉਹ ਜਦੋਂ ਟਰੈਵਲ ਕਰਦੀ ਹੈ ਨਾ ਉਹ ਕਈ ਚੀਜ਼ਾਂ ਜਿਹੜੀਆਂ ਨੇ ਪਿਛਲੀਆਂ ਚੰਗੀਆਂ ਚੀਜ਼ਾਂ ਨੂੰ ਛੱਡ ਦਿੰਦੀ ਆ, ਅਗਲੀਆਂ ਚੰਗੀਆਂ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਦੀ ਆ, ਲੇਕਿਨ ਜਿਹੜੀਆਂ ਪਿਛਲੀਆਂ ਨੇ ਉਹ ਅਸੀਂ ਕਈ ਵਾਰੀ ਇਹ ਸੋਚਦੇ ਹੁੰਦੇ ਹਾਂ ਵੀ ਜਿਹੜੇ ਜਿਹੜੇ ਲੋਕੀ ਪੁਰਾਣੇ ਕੰਮ ਕਰਦੇ ਸੀਗੇ ਨਾ ਉਹਨਾਂ ਦਾ ਕੰਮ ਕਰਨ ਦਾ ਇਹ ਤਰੀਕਾ ਠੀਕ ਨਹੀਂ ਸੀਗਾ, ਇਹਨੂੰ ਨਵੇਂ ਢੰਗ ਨਾਲ ਕਰਨਾ ਚਾਹੀਦਾ, ਔਰ ਇਹਦੇ ਵਿੱਚ ਤੇਜ਼ੀ ਆ ਸਕਦੀ ਆ, ਔਰ ਕੰਮ ਦੇ ਵਿੱਚ ਹੋਰ ਵਧੇਰੇ ਇਹ ਕੰਮ ਜਿਹੜਾ ਇਹ ਸੁੰਦਰ ਢੰਗ ਨਾਲ ਕੀਤਾ ਜਾ ਸਕਦਾ। ਪਰ ਮੈਨੂੰ ਇਹ ਲੱਗਦਾ ਹੈ ਵੀ ਸਾਡੀ ਨਾ ਸੁਣਨ ਦੀ ਆਦਤ ਜਿਹੜੀ ਹੈ ਨਾ ਉਹ ਨੌਜਵਾਨ ਪੀੜ੍ਹੀ ਦੇ ਵਿੱਚ ਬਹੁਤ ਘੱਟ ਹੈ, ਇਸ ਉਹ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿਸੇ ਨੂੰ ਸੁਣਨਾ ਨਹੀਂ ਚਾਹੁੰਦੀ। ਹਾਂ ਉਹਨਾਂ ਦੀ ਪੜ੍ਹਨ ਦੀ ਰੁਚੀ ਜ਼ਰੂਰ ਵਧੀਆ, ਭਾਵੇਂ ਉਹ ਸੋਸ਼ਲ ਮੀਡੀਆ ਦੇ ਉੱਤੇ ਆ ਜਾਂ ਉਹਨਾਂ ਨੂੰ ਕੋਈ ਨੈੱਟ ਦੇ ਉੱਤੇ ਚੀਜ਼ ਮਿਲ ਗਈ ਆ ਪੜ੍ਹਨ ਵਾਸਤੇ ਤਾਂ ਉਹਨੂੰ ਉਹ ਬੜੇ ਆਰਾਮ ਨਾਲ ਪੜ੍ਹ ਲੈਣਗੇ, ਲੇਕਿਨ ਜਿਹੜੀ ਤੁਹਾਡੇ ਸਾਹਮਣੇ ਬੈਠ ਕੇ ਕਿਸੇ ਨਾਲ ਗੱਲਬਾਤ ਕਰਨੀ ਆ, ਕਿਸੇ ਪੁਰਾਣੀ ਪੀੜ੍ਹੀ ਦੇ ਬੰਦੇ ਨਾਲ ਤੁਸੀਂ ਆਪਣੇ ਬਾਪ ਦਾਦੇ ਨਾਲ ਗੱਲ ਕਰਨੀ ਆ, ਉਹੋ ਜਿਹਾ ਮਾਹੌਲ ਜਿਹੜਾ ਆ ਉਸ ਉਹੋ ਜਿਹੇ ਮਾਹੌਲ ਦੇ ਵਿੱਚ ਬੱਚੇ ਅੱਜ ਕੱਲ੍ਹ ਦੇ ਜਿਹੜੇ ਆ ਉਹ ਛੇਤੀ ਸ਼ਾਮਿਲ ਨਹੀਂ ਹੁੰਦੇ। ਜੀ ਇਹ ਜਿਹੜੀ ਅਣਹੋਂਦ ਆ ਤੁਹਾਡੀ ਡਾਇਲੋਗ ਦੀ ਅਣਹੋਂਦ ਆ ਆਪਣੇ ਖਾਸ ਤੌਰ ਦੇ ਉੱਤੇ ਆਪਣੇ ਪਰਿਵਾਰ ਦੇ ਵਿੱਚ, ਇਹ ਬੱਚਿਆਂ ਨੂੰ ਕਈ ਵਾਰੀ ਤੁਹਾਡੀ ਆਪਣੀ ਬੋਲੀ ਕੋਲੋਂ ਵੀ ਦੂਰ ਲਿਖ ਜਾਂਦੀ ਹੈ, ਆਪਣੇ ਸੱਭਿਆਚਾਰ ਕੋਲੋਂ ਵੀ ਨਾਲੋਂ ਵੀ ਤੋੜਦੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਵੀ ਜਿਹੜਾ ਆਪਸੀ ਡਾਇਲੋਗ ਆ ਪਰਿਵਾਰ ਦੇ ਵਿੱਚ ਇਹਨੂੰ ਇਹਨੂੰ ਕਾਇਮ ਰਹਿਣਾ ਰੱਖਣਾ ਚਾਹੀਦਾ ਕਿਸੇ ਨਾ ਕਿਸੇ ਢੰਗ ਨਾਲ। ਬਾਕੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਥੋੜੀ ਜਿਹੀ ਕਾਹਲੀ ਹੈ ਜੀ, ਕਾਹਲੀ ਇਸ ਕਰਕੇ ਆ ਵੀ ਉਹ ਕਹਿੰਦੇ ਆ ਵੀ ਸਾਨੂੰ ਤੁਰਤ ਫੁਰਤ ਸਾਰਾ ਕੁਝ ਮਿਲ ਜਾਣਾ ਚਾਹੀਦਾ। ਜਦੋਂ ਮੈਂ ਆਪਣੀ ਨੌਕਰੀ ਸ਼ੁਰੂ ਕੀਤੀ ਸੀ ਨਾ ਮੈਂ ਉਦੋਂ ਜਦੋਂ ਪੋਸਟ ਗ੍ਰੈਜੂਏਸ਼ਨ ਕੀਤੀ ਸੀ ਤੇ ਇੱਕ ਕੌਮੀ ਦਰਦ ਅਖਬਾਰ ਸੀਗਾ ਜਲੰਧਰ ਦੇ ਵਿੱਚ ਛਪਦਾ, ਅੱਜ ਕੱਲ੍ਹ ਤੇ ਬੰਦ ਹੋਇਆ, ਉਦੋਂ ਬੰਦ ਹੋ ਗਿਆ ਸੀ ਜਦੋਂ ਐਮਰਜੈਂਸੀ ਲੱਗੀ ਆ 1975 ਦੇ ਵਿੱਚ ਜੀ। ਤੇ ਮੈਂ ਉੱਥੇ ਆਇਆ, ਐਮ ਏ ਕੀਤੀ ਸੀ ਨਵੇਂ ਨਵੇਂ, ਮੈਂ ਕਿਹਾ ਚਲੋ ਮੈਨੂੰ ਲਿਖਣ ਪੜ੍ਹਨ ਦਾ ਸ਼ੌਕ ਆ ਵੀ ਇੱਥੇ ਮੈਂ ਕੰਮ ਕਰਨਾ। ਮੈਨੂੰ ਕਹਿਣ ਲੱਗਾ ਜੀ, ਮੈਂ ਕਿਹਾ ਜੀ ਮੈਂ ਕੋਈ ਨੌਕਰੀ ਦੇ ਦਿਓ ਮੈਨੂੰ ਜੀ। ਉਹ ਕਹਿਣ ਲੱਗੇ ਜੀ ਨੌਕਰੀ ਤਾਂ ਹੈਗੀ ਆ ਪਰ ਤਨਖਾਹ ਨਹੀਂ ਹੈਗੀ। ਓਕੇ ਮੈਂ ਕਿਹਾ ਇਹ ਕੀ ਗੱਲ ਹੋਈ? ਕਹਿੰਦੇ ਜੀ ਪੈਸੇ, ਇਹ ਸ਼੍ਰੋਮਣੀ ਅਕਾਲੀ ਦਲ ਦੀ ਅਖਬਾਰ ਆ, ਪੈਸੇ ਉੱਥੋਂ ਪਾਰਟੀ ਦੇ ਹੁੰਦੇ ਆ ਤੇ ਸਾਡੇ ਕੋਲ ਪੈਸੇ ਬਹੁਤੇ ਨਹੀਂ ਹੁੰਦੇ ਜੀ। ਪਰ ਮੈਂ ਕਿਹਾ ਤੂੰ ਚਲੋ ਮੈਨੂੰ ਤੁਸੀਂ ਕੰਮ ਕਰਨ ਦਾ ਮੌਕਾ ਦਿਓ। ਕਹਿੰਦੇ ਜੀ ਕੰਮ ਕਰੋ ਜੀ। ਚਲੋ ਮੈਂ ਉੱਥੇ ਕੰਮ ਕਰਨਾ ਸ਼ੁਰੂ ਕੀਤਾ ਜੀ। 6 ਮਹੀਨੇ ਲੰਘ ਗਏ, 6 ਮਹੀਨੇ ਲੰਘ ਗਏ, ਮੈਂ ਚੁੱਪ ਚਾਪ ਕੰਮ ਕਰਦਾ ਰਿਹਾ। ਫਿਰ ਇੱਕ ਵਾਰੀ ਫਿਰ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਕਿਹਾ ਯਾਰ ਮੈਂ ਤਾਂ ਘਰੋਂ ਆ ਕੇ ਆਪਣੇ ਇੱਥੇ ਚਾਹ ਵੀ ਪੱਲਿਓਂ ਪੀ ਕੇ ਚੱਲ ਜਾਂਦਾ ਵਾ। ਉਹ ਮੈਨੂੰ ਕਹਿਣ ਲੱਗੇ, ਉਹ ਸਾਡੇ ਐਡੀਟਰ ਸੀਗੇ ਉਹ ਵਿਚਾਰੇ ਹੁਣ ਚਲੇ ਗਏ ਨੇ, ਇਹ ਭਰਪੂਰ ਸਿੰਘ ਬਲਬੀਰ ਜੀ, ਉਹ ਕਹਿਣ ਲੱਗੇ ਵੀ ਬੇਦੀ ਏਦਾਂ ਕਰਦੇ ਆ, ਅੱਛਾ ਤੇਰਾ ਚਾਹ ਦਾ ਕਿੰਨਾ ਕੁ ਬਿੱਲ ਆਉਂਦਾ? ਮੈਂ ਕਿਹਾ ਜੀ 60 ਰੁਪਏ ਦੀ ਮੈਂ ਚਾਹ ਮਹੀਨੇ ਦੀ ਪੀ ਜਾਂਦਾ ਹੋਊਗਾ। ਕਹਿੰਦੇ ਜੀ ਉਹ 60 ਰੁਪਏ ਤੇਰੇ ਚਾਹ ਦਾ ਲਾ ਦਿੰਦੇ ਆਪਾਂ। ਮਤਲਬ ਤੁਸੀਂ ਇਹ ਸੋਚੋ ਵੀ ਉਸ ਵੇਲੇ ਮੈਂ 6 ਮਹੀਨੇ ਬਗੈਰ ਤਨਖਾਹ ਤੋਂ ਨੌਕਰੀ ਕੀਤੀ ਔਰ 6 ਮਹੀਨੇ ਬਾਅਦ ਵੀ ਮੈਨੂੰ ਚਾਹ ਦਾ ਖਰਚਾ ਉਹਨਾਂ ਨੇ ਲਾਇਆ, ਪਰ ਮੇਰੇ ਸਬਰ ਦਾ ਬੰਨ ਨਹੀਂ ਟੁੱਟਿਆ ਫਿਰ ਵੀ, ਕਿਉਂਕਿ ਮੈਂ ਜਿਹੜੀ ਪੀੜ੍ਹੀ ਚੋਂ ਆਇਆ ਸੀਗਾ ਉਹ ਉਦੋਂ ਲੋਕਾਂ 'ਚ ਤਹੱਮਲ ਸੀਗਾ ਬਹੁਤ। ਅੱਜ ਸਾਡੇ ਕੋਲ ਜਦੋਂ ਮੈਂ ਵੇਖਦਾ ਜਦੋਂ ਮੇਰੇ ਨੌਕਰੀ ਦੇ ਅਖੀਰਲੇ ਦਿਨਾਂ ਦੇ ਵਿੱਚ ਜਦੋਂ ਸਾਡੇ ਕੋਲ ਬੱਚੇ ਇੱਥੇ ਨੌਕਰੀ ਵਾਸਤੇ ਆਉਂਦੇ ਆ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦਾ ਉਹਨੂੰ ਕਹਿੰਦੇ ਵੀ ਕੰਮ ਸ਼ੁਰੂ ਕਰੋ, ਉਹ ਪਹਿਲਾਂ ਕਹਿੰਦੇ ਜੀ ਸਾਨੂੰ ਦੱਸੋ ਜੀ ਕਿੰਨੇ ਪੈਸੇ ਸਾਨੂੰ ਦਿਓਗੇ ਤੁਸੀਂ, ਫਿਰ ਅਸੀਂ ਕੱਲ੍ਹ ਨੂੰ ਆਉਂਦੇ ਹਾਂ।
ਮਤਲਬ ਇਹ ਆ ਵੀ ਉਹ ਸਾਡੇ ਕੋਲ ਇੱਕ ਹਫ਼ਤਾ ਬੈਠ ਕੇ ਵੀ ਕੰਮ ਕਰਨ ਲਈ ਤਿਆਰ ਨੇ, ਉਹਦੇ ਲਈ ਵੀ ਉਹਨਾਂ ਕੋਲ ਇੰਨਾ ਟਰਮਾ ਨਹੀਂ ਹੈਗਾ ਵੀ ਉਹ ਸਾਨੂੰ ਕੋਲ ਇੱਕ ਹਫ਼ਤਾ ਕੰਮ ਕਰਨ, ਫਿਰ ਉਸ ਤੋਂ ਬਾਅਦ ਉਹ ਸਾਡੇ ਨਾਲ ਗੱਲ ਕਰਨ ਵੀ ਦੱਸੋ ਜੀ ਕਿੰਨੇ ਪੈਸੇ ਦੇਣੇ ਆ, ਫਿਰ ਤਾਂ ਕੋਈ ਗੱਲ ਮੰਨਣ ਚ ਆਉਂਦੀ ਹੈ। ਜੀ ਲੇਕਿਨ ਉਸੇ ਦਿਨ ਹੀ ਕਹਿੰਦੇ ਜੀ ਸਾਨੂੰ, ਅਸੀਂ ਕੱਲ ਤਾਂ ਆਉਣੇ ਆ ਕੰਮ ਦੇ ਉੱਤੇ, ਸਾਨੂੰ ਤਨਖਾਹ ਜੀ ਦੱਸ ਦਿਓ ਜੀ ਵੀ ਤੁਸੀਂ ਸਾਨੂੰ ਕਿੰਨੀ ਦਿਓਗੇ। ਸੋ ਇਹੋ ਜਿਹੀਆਂ ਗੱਲਾਂ ਤਾਂ ਨਵੀਂ ਪੀੜ੍ਹੀ ਦੇ ਵਿੱਚ ਹੈਗੀਆਂ ਨੇ ਵੀ ਉਹ ਕਹਿੰਦੇ ਜੀ ਅਸੀਂ ਤੁਰੰਤ ਹੀ ਜਦੋਂ ਸਾਡੀ ਨੌਕਰੀ ਲੱਗੀ ਆ ਸਾਡੀ ਤਨਖਾਹ ਵੀ ਉਦੋਂ ਨਾਲ ਹੀ ਸ਼ੁਰੂ ਹੋ ਜਾਵੇ। ਸੋ ਇਹ ਗੱਲਾਂ, ਹੋਰ ਵੀ ਕਈ ਗੱਲਾਂ ਹੋਣਗੀਆਂ ਜਿਹੜੀਆਂ ਨਵੀਂ ਪੀੜ੍ਹੀ ਦੇ ਵਿੱਚ ਜਿਹੜੀਆਂ ਨੇ ਉਹ ਤਹੱਮਲ ਵਾਲੀਆਂ ਨਹੀਂ ਹੈਗੀਆਂ, ਲੇਕਿਨ ਉਹ ਮੈਂ ਸਮਝਦਾ ਵੀ ਉਹ ਸਾਡੇ ਨਾਲੋਂ ਕਈ ਸਾਲ ਅੱਗੇ ਇਸ ਕਰਕੇ ਨੇ ਵੀ ਉਹਨਾਂ ਨੂੰ ਗੱਲ ਕਰਨ ਦਾ ਵੱਲ ਆਉਂਦਾ ਹੈ, ਉਹ ਸਪਸ਼ਟ ਤੌਰ ਦੇ ਉੱਤੇ ਗੱਲ ਜਿਹੜੀ ਹੈ ਮੂੰਹ ਦੇ ਉੱਤੇ ਰੱਖ ਦਿੰਦੇ ਆ, ਭਾਵੇਂ ਕਿਸੇ ਨੂੰ ਗੁੱਸਾ ਲੱਗੇ, ਭਾਵੇਂ ਪਸੰਦ ਆਵੇ ਜਾਂ ਨਾ ਆਵੇ, ਲੇਕਿਨ ਉਹ ਆਪਣੀ ਗੱਲ ਜਿਹੜੀ ਹੈ ਨਾ ਉਹ ਕਹਿ ਦਿੰਦੇ ਆ ਵੀ ਲਓ ਜੀ ਇਹ ਜੀ ਮੈਨੂੰ ਠੀਕ ਨਹੀਂ ਲੱਗਿਆ, ਜਾਂ ਮੈਂ ਇੱਦਾਂ ਕੰਮ ਕਰਾਂਗਾ, ਜਾਂ ਮੈਂ 9 ਵਜੇ ਆਪਣੀ ਨੌਕਰੀ ਤੇ ਆਵਾਂਗਾ, ਉਹ ਸਪਸ਼ਟ ਦੱਸਦੇ ਆ। ਸੋ ਇਹ ਕਈ ਗੱਲਾਂ ਉਹਨਾਂ ਦੀਆਂ ਚੰਗੀਆਂ ਵੀ ਨੇ, ਲੇਕਿਨ ਕਈ ਗੱਲਾਂ ਉਹਨਾਂ ਦੀਆਂ ਇਹੋ ਜਿਹੀਆਂ ਵੀ ਨੇ ਵੀ ਸਾਨੂੰ ਲੱਗਦਾ ਹੈ ਵੀ ਯਾਰ ਇਹ ਤਾਂ ਬੰਦਾ ਜਿਹੜਾ ਹੈ ਬਹੁਤ ਅਸਭਿਅ ਕਿਸਮ ਦਾ ਬੰਦਾ ਹੈ, ਇਹਨੂੰ ਗੱਲ ਨਹੀਂ ਕਰਨੀ ਆਉਂਦੀ, ਇਹ ਵਡਿਆਰਾਂ ਗੱਲ ਕਿੱਦਾਂ ਕਰੀਦੀ ਆ। ਲੇਕਿਨ ਉਹ ਆਪਣੀ ਜਗ੍ਹਾ ਦੇ ਉੱਤੇ ਉਹ ਕਹਿੰਦੇ ਅਸੀਂ ਅਸੀਂ ਜਿਹੜੇ ਆ ਨਾ ਅਸੀਂ ਬਿਲਕੁਲ ਠੀਕ ਆ, ਅਸੀਂ ਜਿਹੜੀ ਗੱਲ ਕਰ ਰਹੇ ਹਾਂ ਨਾ ਸਪਸ਼ਟ ਗੱਲ ਕਰ ਰਹੇ ਹਾਂ, ਅਸੀਂ ਕੋਈ ਲੁਕੋ ਨਹੀਂ ਰੱਖ ਰਹੇ ਇਹਦੇ ਵਿੱਚ। ਸੋ ਮੈਂ ਕਹਿੰਦਾ ਉਹਨਾਂ ਪੁਰਾਣਾ ਬੰਦਾ ਜਿਹੜਾ ਆ ਉਹ ਝਿਜਕ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਪਣੇ ਮਨ ਚ ਰੱਖ ਲੈਂਦਾ ਸੀਗਾ, ਤੇ ਜੇ ਕਿਤੇ ਲੋੜ ਪੈਂਦੀ ਸੀ ਤੇ ਫਿਰ ਉਹਨਾਂ ਨੂੰ ਕਿਤੇ ਬਾਹਰ ਕੱਢਦਾ ਸੀ, ਨਹੀਂ ਤਾਂ ਉਹਨਾਂ ਦੇ ਅੰਦਰ ਹੀ ਦਫ਼ਨ ਹੋ ਜਾਂਦੀਆਂ ਸੀ। ਬਿਲਕੁਲ ਹੁਣ ਦਾ ਜਿਹੜਾ ਬੱਚਾ ਹੁਣ ਦਾ ਜਿਹੜਾ ਨੌਜਵਾਨ ਆ ਉਹ ਆਪਣੇ ਅੰਦਰ ਕੁਛ ਨਹੀਂ ਰੱਖਦਾ, ਉਹ ਕਹਿੰਦਾ ਜੀ ਮੈਂ ਹੁਣੇ ਸਾਰਾ ਕੁਛ ਤੁਹਾਨੂੰ ਆ ਦੇ ਦਿੱਤਾ, ਮੇਰੇ ਦਿਲ ਚ ਕੁਛ ਨਹੀਂ, ਆਹੀ ਆ ਜੀ। ਸੋ ਇਹ ਫਰਕ ਤਾਂ ਹੈ, ਇਹਦੇ ਨਾਲ ਕਈ ਗੱਲਾਂ ਦਾ ਨੁਕਸਾਨ ਵੀ ਹੈ ਤੇ ਕਈ ਗੱਲਾਂ ਦਾ ਫਾਇਦਾ ਵੀ ਹੈ। ਜੀ ਬਿਲਕੁਲ ਜੀ, ਜਿਵੇਂ ਇਨਸਾਨ ਇੱਕ ਸਾਈਕਲ ਤੇ ਸਫ਼ਰ ਕਰਦਾ ਹੈ ਤੇ ਉਹ ਰਾਸਤੇ ਦੀ ਖੂਬਸੂਰਤੀ ਦੇਖਦਾ ਜਾਂਦਾ ਹੈ, ਗੱਡੀ ਤੇ ਸਫ਼ਰ ਕਰਦਾ ਹੈ ਦੇਖਦਾ ਹੈ, ਨੇਚਰ ਦੇ ਨਜ਼ਾਰੇ ਲੈਂਦਾ ਹੈ। ਇੱਕ ਇਨਸਾਨ ਐਰੋਪਲੇਨ ਚ ਬਹਿੰਦਾ ਹੈ, ਮਿੰਟ ਦੇ ਵਿੱਚ ਆਪਣਾ ਸਫ਼ਰ ਤੈਅ ਕਰ ਲੈਂਦਾ ਪਰ ਉਹ ਨਜ਼ਾਰੇ ਨਹੀਂ ਲੈ ਪਾਉਂਦਾ। ਸ਼ਾਇਦ ਇੱਦਾਂ ਦੀ ਹੀ ਜਿਹੜੀ ਹੈ ਉਹ ਆਤਮਾ ਹੋ ਗਈ ਹੈ, ਮਨ ਹੋ ਗਿਆ। ਖੈਰ ਪੂਰੀ ਤਰ੍ਹਾਂ ਅਸੀਂ ਇਹ ਨਹੀਂ ਕਹਿੰਦੇ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਗਲਤ ਹੈ, ਪਰ ਇੰਨਾ ਜ਼ਰੂਰ ਕਹਿੰਦੇ ਹਾਂ ਕਿ ਵੀ ਜਿਹੜਾ ਕਹਿੰਦੇ ਨਾ ਫਲ ਜਿਹੜਾ ਸਬਰ ਦੇ ਨਾਲ ਹੀ ਮਿੱਠਾ ਹੁੰਦਾ, ਤੁਹਾਨੂੰ ਇੰਨੇ ਸਾਲ ਬਾਅਦ ਇਹ ਜਿਹੜਾ ਅਵਾਰਡ ਮਿਲਿਆ ਖੁਸ਼ੀ ਹੋਈ ਹੋਏਗੀ, ਔਰ ਕਿੰਨਾ ਤੁਸੀਂ ਅਪ ਡਾਊਨਸ ਦੇਖੇ ਨੇ। ਬੇਦੀ ਸਰ, ਜਾਂਦੇ ਜਾਂਦੇ ਤੁਸੀਂ ਸਾਡੇ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਹੈ ਨਾਲ ਸੰਬੰਧ ਰੱਖਦੀ ਹੈ, ਇੱਕ ਚੀਜ਼ ਮੈਂ ਹੋਰ ਮੈਂਸ਼ਨ ਕਰਨਾ ਚਾਹੁੰਦੀ ਹਾਂ, ਜਿਹੜਾ ਬਾਲ ਸਾਹਿਤ ਹੈ ਨਾ ਉਹਦੇ ਤੇ ਬਹੁਤ ਘੱਟ ਕੰਮ ਹੋਇਆ, ਉਹਦੇ ਬਾਰੇ ਜ਼ਰੂਰ ਕੁਛ ਕਹਿਣਾ। ਦੇਖੋ ਜੀ ਮੈਂ ਇੱਕ ਦੋ ਗੱਲਾਂ ਕਹਿਣੀਆਂ ਚਾਹੁੰਦਾ, ਇੱਕ ਤਾਂ ਇਹ ਆ ਵੀ ਜਿਉਂ ਜਿਉਂ ਸਮਾਂ ਬੀਤਦਾ ਹੈ ਨਾ, ਇਹ ਜਿਹੜਾ ਯੁੱਗ ਹੈ ਇੰਟਰਨੈਟ ਦਾ ਯੁੱਗ ਹੈ, ਇਹਦੇ ਵਿੱਚ ਤੁਹਾਡੀ ਪੱਤਰਕਾਰੀ ਦਾ ਵੀ ਮਹਾਂਦਰਾ ਬਦਲ ਰਿਹਾ ਔਰ ਸਾਹਿਤ ਦਾ ਮਹਾਂਦਰਾ ਵੀ ਬਦਲ ਰਿਹਾ। ਜੀ ਸਾਹਿਤ ਲਿਖਣ ਵਾਲੇ ਤਾਂ ਠੀਕ ਆ, ਉਹੀ ਬੰਦੇ ਨੇ, ਰਿਪੋਰਟਿੰਗ ਵਾਲੇ ਵੀ ਉਹੀ ਬੰਦੇ ਹੋਣਗੇ, ਲੇਕਿਨ ਇਹ ਜਿਹੜਾ ਪਾਠਕਾਂ ਤੱਕ ਪਹੁੰਚਦਾ ਆ ਉਹਦੇ ਜਿਹੜੇ ਵਾਇਆ ਮੀਡੀਆ ਨੇ ਉਹ ਸਾਰੇ ਬਦਲ ਗਏ ਨੇ। ਸੋ ਉਹਦੇ ਨਾਲ ਕੁਝ ਗੱਲਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਵੀ ਸਾਹਮਣੇ ਆਈਆਂ ਨੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਾਡੇ ਇੰਟਰਨੈਟ ਨਾਲ ਨਹੀਂ ਜੁੜੇ ਹੋਏ, ਲੇਕਿਨ ਉਹ ਪ੍ਰਿੰਟ ਦੇ ਵਿੱਚ ਹੀ ਅਖਬਾਰ ਦੇ ਵਿੱਚ ਹੀ ਛਪਿਆ ਸਾਰਾ ਕੁਛ ਪੜ੍ਹਨਾ ਚਾਹੁੰਦੇ ਆ। ਸੋ ਇੱਕ ਤਾਂ ਇਹ ਆ ਵੀ ਜਿਹੜਾ ਪੱਤਰਕਾਰੀ ਹੈ, ਪੱਤਰਕਾਰੀ ਦੇ ਵਿੱਚ ਤੁਸੀਂ ਜਿਵੇਂ ਕਿ ਹੁਣ ਬੜਾ ਚੈਨਲਾਂ ਦੇ ਵਿੱਚ ਪਿੱਛੇ ਜਿਹਾ ਬੜਾ ਰੌਲਾ ਪਿਆ ਸੀ ਵੀ TRP ਵਧਾਉਣ ਲਈ ਚੈਨਲ ਕੀ ਕੁਛ ਕਰਦੇ ਨੇ, ਜੀ ਔਰ ਇਸ ਵੇਲੇ ਜਿਹੜੀ ਪੱਤਰਕਾਰੀ ਆ ਇਹ ਇੱਕ ਸੇਵਾ ਨਹੀਂ ਰਹੀ, ਸਰਵਿਸ ਨਹੀਂ ਰਹੀ, ਇੱਕ ਜਿਸ ਢੰਗ ਨਾਲ ਇਹ ਸ਼ੁਰੂ ਹੋਈ ਸੀ ਉਹ ਸੋਸ਼ਲ ਸਰਵਿਸ ਦੇ ਤੌਰ ਤੇ ਪੱਤਰਕਾਰੀ ਸ਼ੁਰੂ ਹੋਈ ਸੀ, ਲੇਕਿਨ ਇਸ ਵੇਲੇ ਬਹੁਤ ਵੱਡੀ ਇੰਡਸਟਰੀ ਬਣ ਗਈ। ਇੰਡਸਟਰੀ ਬਣਨ ਦੇ ਨਾਲ ਨਾਲ ਬਹੁਤ ਇੱਕ ਗੱਲ ਤੇ, ਦੂਜੀ ਗੱਲ ਤੁਸੀਂ ਲਿਟਰੇਚਰ ਦੀ ਗੱਲ ਦੱਸ ਰਹੇ, ਲਿਟਰੇਚਰ ਦੇ ਵਿੱਚ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਖਾਸ ਤੌਰ ਦੇ ਉੱਤੇ ਪਹਿਲਾਂ ਪਹਿਲੇ ਕਹਿੰਦੇ ਸੀ ਵੀ ਕਵਿਤਾ ਬਹੁਤ ਲਿਖੀ ਜਾ ਰਹੀ ਹੈ, ਜੀ ਸਾਡੇ ਜਿਹੜੇ ਭਾਈ ਵੀਰ ਸਿੰਘ ਜਿਹੜੇ ਮਤਲਬ ਆਧੁਨਿਕ ਜਿਹਨਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕਿਹਾ ਜਾਂਦਾ ਹੈ, ਉਹਨਾਂ ਉਹ ਕਵਿਤਾ ਵੀ ਬਹੁਤ ਲਿਖੀ ਉਹਨਾਂ ਨੇ ਭਾਈ ਵੀਰ ਸਿੰਘ ਹੋਣਾ ਨੇ। ਉਸ ਤੋਂ ਬਾਅਦ ਬਹੁਤ ਸਾਰੇ ਕਵੀ ਹੈ ਜਿਹਨਾਂ ਨੇ ਕਵਿਤਾ ਤੋਂ ਹੀ ਆਪਣਾ ਕੈਰੀਅਰ ਸ਼ੁਰੂ ਕੀਤਾ ਔਰ ਬਹੁਤ ਸਾਰੇ ਕਵਿਤਾ ਹੀ ਲਿਖਦੇ ਰਹੇ, ਔਰ ਮੈਂ ਵੀ ਸ਼ਾਇਦ ਮੈਨੂੰ ਯਾਦ ਭੁੱਲ ਗਿਆ ਹੋਏਗਾ, ਲੇਕਿਨ ਮੈਂ ਵੀ ਇੱਕ ਦੋ ਗਜ਼ਲਾਂ ਜ਼ਰੂਰ ਸ਼ੁਰੂ ਵਿੱਚ ਜ਼ਰੂਰ ਲਿਖੀਆਂ ਸੀਗੀਆਂ, ਪਰ ਮੈਨੂੰ ਐ ਲੱਗਦਾ ਸੀਗਾ ਵੀ ਇਹ ਗਜ਼ਲ ਮੇਰਾ ਖੇਤਰ ਨਹੀਂਗਾ ਔਰ ਮੈਂ ਆਪਣੀ ਗੱਲ ਜਿਹੜੀ ਹੈ ਉਹ
ਕਹਾਣੀ ਜਾਂ ਨਾਵਲ 'ਚ ਕਹਿ ਸਕਦਾ। ਫਿਰ ਮੈਂ ਕਹਾਣੀ ਵਾਲੇ ਪਾਸੇ ਮੁੜਿਆ ਸੀਗਾ, ਫਿਰ ਮੈਂ ਨਾਵਲ ਵਾਲੇ ਪਾਸੇ ਮੁੜਿਆ ਸੀ, ਫਿਰ ਮੈਂ ਵਾਰਤਕ ਵਾਲੇ ਜਾਂ ਹੋਰ ਲੇਖਾਂ ਵਾਲੇ ਪਾਸੇ ਆਇਆ। ਸੋ ਇਹ ਇੱਦਾਂ ਦਾ ਟਰੈਵਲ ਹੁੰਦਾ। ਅੱਛਾ, ਪੰਜਾਬੀ ਸਾਹਿਤ ਦੇ ਵਿੱਚ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਸੀਗੀ ਵੀ ਇਹ ਜਿਹੜੇ ਸਾਡੇ ਰਾਈਟਰ ਨੇ ਇਹ ਇਹਨਾਂ ਨੂੰ ਨਾਵਲ ਵਧੇਰੇ ਲਿਖਣਾ ਚਾਹੀਦਾ, ਪੰਜਾਬੀ ਚ ਨਾਵਲ ਬਹੁਤ ਘੱਟ ਲਿਖਿਆ ਜਾ ਰਿਹਾ। ਫਿਰ ਨਾਵਲ ਵਾਲਾ ਖੱਪਾ ਵੀ ਪੂਰਾ ਹੋ ਗਿਆ। ਫਿਰ ਜਿੱਥੇ ਆਪਾਂ, ਮੈਂ ਤੁਹਾਡੇ ਬਾਲ ਸਾਹਿਤ ਵੱਲ ਆਉਣਾ, ਬਾਲ ਸਾਹਿਤ ਜਿਹੜਾ ਸੀ ਉਹ ਪੰਜਾਬੀ ਦੇ ਵਿੱਚ ਬਹੁਤ ਘੱਟ, ਅਜੇ ਵੀ ਬਹੁਤ ਘੱਟ ਲਿਖਿਆ ਜਾ ਰਿਹਾ। ਪਰ ਇਹਦੇ ਬਾਵਜੂਦ ਫਿਰ ਵੀ ਕੁਛ ਲੋਕ ਪਿਛਲੇ ਸਾਲਾਂ ਦੇ, ਜੇ ਆਪਾਂ ਪਿਛਲੇ 5 ਸਾਲਾਂ ਦੀ ਗੱਲ ਕਰੀਏ, 6 ਸਾਲਾਂ ਦੀ, ਤਾਂ ਬਹੁਤ ਸਾਰਾ ਬਾਲ ਸਾਹਿਤ ਜਿਹੜਾ ਹੈ ਉਹ ਪੰਜਾਬੀ ਵਿੱਚ ਛਪ ਗਿਆ ਹੈ। ਬੱਚਿਆਂ ਲਈ ਵਿਗਿਆਨ ਦੀਆਂ ਕਿਤਾਬਾਂ ਵੀ ਆਈਆਂ ਨੇ, ਕਵਿਤਾਵਾਂ ਦੀਆਂ ਵੀ ਆਈਆਂ ਨੇ, ਕਹਾਣੀਆਂ ਦੀਆਂ ਵੀ ਆਈਆਂ ਨੇ, ਲੇਕਿਨ ਬਾਲ ਸਾਹਿਤ ਦਾ ਖੱਪਾ ਅਜੇ ਮਤਲਬ ਪੂਰਾ ਨਹੀਂ ਹੋਇਆ। ਹੋਰ ਲੋਕ ਜਿਹੜੇ ਆ ਉਹ ਵਧੇਰੇ ਬਾਲ ਸਾਹਿਤ ਲਿਖਣ ਵੱਲ ਰੁਚਿਤ ਹੋਣੇ ਚਾਹੀਦੇ ਨੇ। ਹੁਣ ਮੇਰੇ ਮਨ 'ਚ ਹੈਗਾ ਵੀ ਮੈਂ ਬਾਲਾਂ ਲਈ ਕੋਈ ਨਾ ਕੋਈ ਨਾਵਲ ਜਾਂ ਕੋਈ ਨਾ ਕੋਈ ਕਹਾਣੀ ਦੀ ਕਿਤਾਬ ਵੀ ਲਿਖਾਂ ਅੱਗੋਂ। ਸੋ ਇਹ ਬਾਲ ਸਾਹਿਤ ਜਿਹੜਾ ਹੈ, ਬਾਲ ਸਾਹਿਤ ਜਿਹੜਾ ਇਹ ਇੱਕ ਤਾਂ ਇਹ ਆ ਵੀ ਜੇ ਬਾਲ ਸਾਹਿਤ ਆਪਾਂ ਲਿਖਾਂਗੇ ਤਾਂ ਬਾਲਾਂ ਨੂੰ ਪੜ੍ਹਨ ਦੀ ਆਦਤ ਪਏਗੀ, ਔਰ ਬਾਲ ਜਿਹੜੇ ਨੇ ਉਹ ਜਦੋਂ ਵੱਡੇ ਹੁੰਦੇ ਆ ਤੇ ਫਿਰ ਉਹ ਕਿਤਾਬਾਂ ਨਾਲ ਜੁੜਦੇ ਆ ਤੇ ਉਹ ਸਾਰੀ ਗੱਲ ਨੂੰ ਭੁੱਲਦੇ ਨਹੀਂ ਗਏ। ਬਿਲਕੁਲ ਜੀ, ਬੜੀ ਡੂੰਗੀ ਜੀ ਗੱਲ ਹੈ। ਜਦੋਂ ਬਾਲ ਸਾਹਿਤ ਲਿਖਿਆ ਜਾਏਗਾ, ਬਾਲ ਕਿਤਾਬਾਂ ਨਾਲ ਜੁੜਨਗੇ, ਇੱਕ ਪਾਠਕ ਸ਼੍ਰੇਣੀ ਬਣੇਗੀ, ਔਰ ਸਭ ਤੋਂ ਵੱਡੀ ਗੱਲ ਹੈ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਹੋਏਗੀ। ਹੋਏਗੀ, ਬਿਲਕੁਲ ਬਿਲਕੁਲ ਠੀਕ ਹੈ। ਜਦੋਂ ਅਸੀਂ ਬੂਟੇ ਨੂੰ ਇੱਕ ਅੱਛੀ ਤਰ੍ਹਾਂ ਪਾਣੀ ਲਾਵਾਂਗੇ, ਖਾਦ ਦੇਵਾਂਗੇ, ਤਾਂ ਨੈਚੁਰਲੀ ਗੱਲ ਹੈ ਕਿ ਬਹੁਤ ਬੜੀਆ, ਬਹੁਤ ਵਧੀਆ ਹੋਊਗਾ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਬੇਦੀ ਸਰ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਇੱਕ ਵਾਰ ਫਿਰ ਰਣਜੀਤ ਰੇਡੀਓ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਰਣਜੀਤ ਰੇਡੀਓ ਦਾ ਵੀ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।